hello students once again welcome to my youtube channel just do it for a right future i am Srindra kumar today we are discussing about two the emerging mods of the uh, business part first in this session we are discussing about uh, how to be a business can be a uh, transfer into the uh, digital marketing and digital business so this is our uh, most important and uh, also we are trending business style so we are discussing in this session this is uh, based upon to the business uh, studies topic of class 11th which is uh, based upon to the uh, CBSE and Punjab board and other boards syllabus. So without wasting your time we are starting from this. What do you mean by the business uh, and Venus emerging mods? First is the uh, e Venus concept. What do you mean by the e-commerce? ਜਾਂ ਈ-ਬਿਨਸ ਅਸੀਂ ਗੱਲ ਕਰਾਂਗੇ ਵੀ ਈ-ਬਿਨਸ ਹੁੰਦਾ ਕੀ ਹੈ ਜਾਂ ਕੀ ਕਨਸੈਪਟ ਹੁੰਦਾ ਸਭ ਤੋਂ ਈਜ਼ੀ ਫੰਡਾ ਹੈ ਜੋ ਤੁਸੀਂ ਇਹਨੂੰ ਸਮਝਣਾ ਚਾਹੋ ਤਾਂ ਇਹਦਾ ਸਭ ਤੋਂ ਈਜ਼ੀ ਫੰਡਾ ਹੈ ਜਿਹੜਾ ਅਸੀਂ ਫਲਿੱਪਕਾਰਡ Amazon ਜਾਂ ਸਨੈਪ ਡੀਲਸ ਇਹ ਸਾਰੀਆਂ ਕੀ ਨੇ ਈ-ਬਿਨਸ ਦੀਆਂ ਇੱਕ ਕਨਸੈਪਟ ਨੂੰ ਸਮਝਣ ਵਾਲੀਆਂ ਬਿਨਸ ਐਪ ਜਾਂ ਕੰਪਨੀਆਂਸ ਕਹਿ ਸਕਦੇ ਹਾਂ ਜਿਹਦੇ ਨਾਲ ਕੀ ਆ ਸੀ ਈ-ਬਿਨਸ ਕਰਦੇ ਆ ਸੀ ਘਰ ਬੈਠੇ ਉਹ ਚੀਜ਼ ਨੂੰ ਖਰੀਦ ਸਕਦੇ ਆ ਜਾਂ ਵੇਚ ਸਕਦੇ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਦੇਖੋ ਈ ਦਾ ਮਤਲਬ ਕੀ ਆ ਈ ਰੈਫਰਸ ਟੂ ਦੀ ਇਲੈਕਟ੍ਰੋਨਿਕ ਐਂਡ ਈ-ਬਿਨਸ ਇਸ ਮੀਨਸ ਟੂ ਦੀ ਬਿਨਸ ਬਿਨਸ ਯੂਜ਼ਿੰਗ ਇਲੈਕਟ੍ਰੋਨਿਕ ਮੀਨਸ ਜਿਹਦੇ ਵਿੱਚ ਅਸੀਂ ਕੀ ਆ ਅਸੀਂ ਇਲੈਕਟ੍ਰੋਨਿਕ ਜਿਹੜੀਆਂ ਚੀਜ਼ਾਂ ਨੇ ਉਹਨੂੰ ਯੂਜ਼ ਕਰਦੇ ਆ ਤੇ ਇਹਦੇ ਵਿੱਚ ਕੀ ਆ ਸੀ ਐਕਟੀਵਿਟੀ ਕਰਦੇ ਆ ਜਿਹਦੇ ਵਿੱਚ ਅਸੀਂ ਕੀ ਆ ਟ੍ਰੇਡ ਕਮਰਸ ਤੇ ਇੰਡਸਟਰੀ ਨੂੰ ਇਨਕਲੂਡ ਕਰਦੇ ਆ ਵਿਦ ਦੀ ਹੈਲਪ ਆਫ ਟੂ ਦੀ ਕੰਪਿਊਟਰ ਨੈਟਵਰਕ ਇਸ ਕਾਲਡ ਟੂ ਦੀ ਈ-ਬੇਨਸ ਸੋ ਸੀ ਫਿਰ ਉਹਦੇ ਵਿੱਚ ਕੰਪਿਊਟਰ ਨੈਟਵਰਕ ਨੂੰ ਯੂਜ਼ ਕਰਕੇ ਆਨਲਾਈਨ ट्रांजੈਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਅਸੀਂ ਫਲਿੱਪਕਾਰਟ ਤੋਂ ਕੋਈ ਵੀ ਚੀਜ਼ ਮੰਗਾਉਨੇ ਆ ਤਾਂ ਪਹਿਲਾਂ ਅਸੀਂ ਉਹ ਚੀਜ਼ ਨੂੰ ਦੇਖਦੇ ਆ ਉਹਦੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਜਾਂਦੇ ਆ ਤੇ ਸਾਨੂੰ ਵਧੀਆ ਲੱਗਦੀ ਆ ਤਾਂ ਉਹਦਾ ਆਰਡਰ ਪਲੇਸ ਕਰ ਦਿੰਦੇ ਆ ਤਾਂ ਉਹਦੇ ਇਹੀ ਉਹਨੂੰ ਹੀ ਅਸੀਂ ਕੀ ਕਹਿੰਦੇ ਆ ਈ-ਬੇਨਸ ਕਹਿੰਦੇ ਆ ਵਟ ਇਜ਼ ði ਸਕੋਪ ਆਫ ਟੂ ði ਬੀਨਸ ਹੁਣ ਅਸੀਂ ਬੀਨਸ ਕਰ ਰਹੇ ਹਾਂ ਤਾਂ ਈ ਬੀਨਸ ਤੇ ਕੀ ਕੀ ਸਕੋਪ ਨੇ ਦੇਖੋ ਫਸਟ ਆਏਗਾ ਬੀਨਸ ਟੂ ਬੀਨਸ ਬੀਨਸ ਟੂ ਬੀਨਸ ਮੀਨਸ ਬੀ ਜੇਕਰ ਤੁਸੀਂ ਇੱਕ ਬੰਦਾ ਦੂਸਰੇ ਦੇ ਨਾਲ ਕੋਈ ਵੀ ਬੀਨਸ ਕਰਨਾ ਚਾਹੁੰਦਾ ਜਾਉ ਟਰੇਡਿੰਗ ਕਰਨਾ ਚਾਹੁੰਦਾ ਵਾ ਤਾਂ ਉਹ ਆਪਣਾ ਸਮਾਨ ਇੱਕ ਬੰਦੇ ਨੂੰ ਦੂਜੇ ਬੰਦੇ ਨੂੰ ਵੇਚ ਸਕਦਾ ਵਾ ਜਿਵੇਂ ਇਹਦੇ ਵਿੱਚ ਸਭ ਤੋਂ ਵਧੀਆ ਐਗਜ਼ਾਮਪਲ ਹੈ ਗਿਆ 올ੈਕਸ 올ੈਕਸ ਦੇ ਉੱਤੇ ਸਾਰੀਆਂ ਜਿਹੜੀਆਂ ਨਿਊ ਤੇ 올ਡ ਚੀਜ਼ਾਂ ਸਾਰੀਆਂ ਸੇਲ ਆਊਟ ਕੀਤੀਆਂ ਜਾਂਦੀਆਂ ਨੇ ਉੱਥੇ ਕੋਈ ਵੀ ਬਿਜ਼ਨਸਮੈਨ ਆਪਣੀ ਚੀਜ਼ ਖਰੀਦ ਸਕਦਾ ਤੇ ਉਹ ਆਪਣੇ ਸ਼ਾਪ ਦੇ ਉੱਤੇ ਲਿਆ ਕੇ ਉਹਨੂੰ ਫੇਰ ਤੋਂ ਵੇਚ ਸਕਦਾ ਤਾਂ ਇਹ B2B ਆ ਯਾਨੀ ਕਿ ਬਿਨਸ ਟੂ ਬਿਨਸਸ ਇੱਕ ਤਰ੍ਹਾਂ ਦਾ ਕੀ ਆ ਇੱਕ ਬਿਜ਼ਨਸ ਆ ਜਿਹਦੇ ਵਿੱਚ ਕੀ ਆ ਇੱਕ ਬਿਜ਼ਨਸਮੈਨ ਜਾਂ ਇੱਕ ਬਿਨਸ ਦੂਸਰੇ ਬਿਜ਼ਨਸ ਨੂੰ ਸਪੋਰਟ ਕਰਦਾ ਵਾ ਤੇ ਉਹਨਾਂ ਨੂੰ ਚੀਜ਼ ਪ੍ਰੋਵਾਈਡ ਕਰਦਾ ਜਦੋਂ ਉਹਨੂੰ ਲੋੜ ਹੁੰਦੀ ਆ ਨੈਕਸਟ ਹੈਗਾ ਵਾ ਕੋਲਾਬੋਰੇਸ਼ਨ ਆਫ ਥੀ ਕਮਰਸ ਯਾਨੀ ਕਿ ਉਹਨੂੰ ਅਸੀਂ ਸੀ ਕਮਰਸ ਕਹਿੰਦੇ ਆ ਇਹਦਾ ਮਤਲਬ ਕੀ ਹੁੰਦਾ ਵੀ ਸਾਰੇ ਜਣੇ ਮਿਲ ਜੁਲ ਕੇ ਇੱਕ ਦੂਸਰੇ ਦੇ ਨਾਲ ਹੈਲਪ ਦੇ ਨਾਲ ਕੀ ਆ ਬਿਨਸ ਸਟਾਰਟ ਕਰਦੇ ਆ ਤੇ ਉਹਨੂੰ ਰਨ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਹੁੰਦੀ ਆ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਕੀ ਹੁੰਦੇ ਆ ਵੀ ਕਾਫੀ ਜ਼ਿਆਦਾਤਰ ਬੱਚੇ ਕੀ ਹੁੰਦੇ ਆ ਬੰਦੇ ਉਹ ਇਕੱਠੇ ਹੋ ਜਾਂਦੇ ਆ ਤੇ ਇਕੱਠੇ ਹੋ ਕੇ ਕੀ ਆਪਣਾ ਬਿਨਸ ਸ਼ੁਰੂ ਕਰ ਦਿੰਦੇ ਆ ਜਿਵੇਂ ਜਿਵੇਂ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਤਾਂ ਉਹਦੀ ਹੈਲਪ ਕਰਦੀ ਆ ਗਵਰਨਮੈਂਟ ਜਾਂ ਫਿਰ ਉਹ ਇੱਕ ਦੂਸਰੇ ਨੂੰ ਪੈਸਾ ਦੇ ਕੇ ਆਪਣੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਕੀ ਆ ਉਹ ਇੱਕ ਦੂਸਰੇ ਨੂੰ ਸਪੋਰਟ ਕਰ ਸਕਣ ਜਦੋਂ ਉਹਨਾਂ ਨੂੰ ਲੋੜ ਪਵੇ ਕੰਜ਼ਿਊਮਰ ਇਹਦਾ ਮਤਲਬ ਕੀ ਹੁੰਦਾ ਵੀ ਜਿਹੜਾ ਅਸੀਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਐਗਜ਼ਾਮਪਲ ਹੈਗੇ ਉਹ ਹੈ ਫਲਿੱਪਕਾਰਡ ਫਲਿੱਪਕਾਰਡ ਹੋਏਗੀ ਤੇ ਸਾਡੇ ਕੋਲ ਫਲਿੱਪਕਾਰਡ ਦੇ ਨਾਲ-ਨਾਲ ਹੋਰ ਕਿਹੜੀ ਆ Amazon ਹੈ Amazon ਦੇ ਨਾਲ-ਨਾਲ ਹੋਰ ਕਿਹੜੀ ਆ Snapdeal ਇਹ ਸਾਰੀਆਂ ਬਿਜ਼ਨਸ ਟੂ ਕੰਜ਼ਿਊਮਰ ਨੇ ਜਿਹਦੇ ਵਿੱਚ ਕੀ ਆ ਜਿਹੜੀਆਂ ਫਲਿੱਪਕਾਰਡ ਇਹ ਸਾਨੂੰ ਆਫਰ ਕਰਦੀਆਂ ਨੇ ਸਾਰੀਆਂ ਚੀਜ਼ਾਂ ਦੀ ਵੀ ਤੁਸੀਂ ਸ਼ੂਜ਼ ਵੀ ਲੈ ਸਕਦੇ ਹੋ A to Z ਉੱਥੇ ਮਟੀਰੀਅਲ ਅਵੇਲੇਬਲ ਹੁੰਦਾ ਤੇ ਕਸਟਮਰ ਉੱਥੋਂ ਦੇਖ ਕੇ ਉਹਨੂੰ ਖਰੀਦ ਲੈਂਦਾ ਤਾਂ ਉਹ ਕੀ ਆ B to C ਯਾਨੀ ਕਿ ਬਿਜ਼ਨਸ ਟੂ ਕੰਜ਼ਿਊਮਰ ਟ੍ਰਾਂਜੈਕਸ਼ਨ ਕੀਤੀ ਜਾਂਦੀ ਆ ਨੈਕਸਟ ਹੈਗੀ ਆ ਕੰਜ਼ਿਊਮਰ ਟੂ ਬਿਜ਼ਨਸ ਇਹਦਾ ਮਤਲਬ ਕੀ ਹੁੰਦਾ ਵੀ ਜਿਹੜਾ ਕੰਜ਼ਿਊਮਰ ਆ ਜਿਹੜਾ ਨੀਚ ਜਿਹੜਾ ਕੰਜ਼ਿਊਮਰ ਆ ਉਹ ਕੀ ਆਪਣੀ ਚੀਜ਼ ਬਿਜ਼ਨਸ ਤੱਕ ਪਹੁੰਚਾਉਂਦਾ ਵਾ ਫਾਰ ਇਗਜ਼ਾਮਪਲ ਵੀ ਕੁਝ ਅਜਿਹੇ ਹੀ ਆ ਇੰਡਸਟਰੀਜ਼ ਹੁੰਦੀਆਂ ਨੇ ਜਿਦੇ ਵਿੱਚ ਇੱਕ ਕੰਜ਼ਿਊਮਰ ਕੀ ਆ ਕੋਈ ਚੀਜ਼ ਵਧੀਆ ਬਣਾਉਂਦਾ ਵਾ ਤਾਂ ਉਹ ਸੇਲ ਆਊਟ ਕਰਦਾ ਬਿਜ਼ਨਸ ਦੇ ਉੱਤੇ ਤੇ ਉਹ ਬਿਜ਼ਨਸ ਵਾਲੇ ਕੀ ਨੇ ਉਹ ਲੋਕਾਂ ਨੂੰ ਹੋਰ ਵੀ ਚੀਜ਼ਾਂ ਪ੍ਰੋਵਾਈਡ ਕਰਦੇ ਆ ਇਹਦੀ ਸਭ ਤੋਂ ਵਧੀਆ ਐਗਜ਼ਾਮਪਲਸ ਹੁੰਦੀਆਂ ਨੇ ਜਿਵੇਂ ਅਸੀਂ ਕੀ ਆ ਪਿੰਡਾਂ ਦੇ ਵਿੱਚ ਕੀ ਆ ਦਰੀਆਂ ਬੁਣੀਆਂ ਜਾਂਦੀਆਂ ਨੇ ਜਾਂ ਕੋਈ ਹੋਰ ਚੀਜ਼ਾਂ ਨੇ ਜਿਹੜੀਆਂ ਕੀ ਹੱਥੀ ਬਣਾਈਆਂ ਜਾਂਦੀਆਂ ਤੇ ਉਹ ਕੰਜ਼ਿਊਮਰ ਕੀ ਕਰਦਾ ਵਾ ਬਿਜ਼ਨਸ ਨੂੰ ਸੇਲ ਕਰਦਾ ਵਾ ਤੇ ਬਿਜ਼ਨਸ ਵਾਲੇ ਕੀ ਆ ਉਹ ਆਪਣੇ ਆਨਲਾਈਨ ਫਿਰ ਅੱਗੇ ਜਿਹੜੇ ਹੋਰ ਕਸਟਮਰ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਤਾਂ ਇਹ ਇੱਕ ਬਿਜ਼ਨਸ ਵੀ ਚੱਲਦਾ ਰਹਿੰਦਾ ਨੂੰ ਕਿਹਾ ਜਾਂਦਾ C2B ਯਾਨੀ ਕਿ ਕੰਜ਼ਿਊਮਰਸ ਟੂ ਬਿਜ਼ਨਸ ਨੈਕਸਟ ਆਏਗਾ ਵਾ ਕੰਜ਼ਿਊਮਰ ਟੂ ਕੰਜ਼ਿਊਮਰ ਇਹਦਾ ਮਤਲਬ ਕੀ ਆ ਵੀ ਇੱਕ ਬੰਦਾ ਦੂਸਰੇ ਬੰਦੇ ਨੂੰ ਸੇਲ ਕਰਦਾ ਵਾ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਆਲੈਕਸ ਜਿਹੜੀ ਸਭ ਤੋਂ ਵਧੀਆ ਐਗਜ਼ਾਮਪਲ ਹੈ ਇਹਦੇ ਵਿੱਚ ਕੀ ਹੈ ਇੱਕ ਕੰਜ਼ਿਊਮਰ ਇੱਕ ਜਿਹੜੀ ਉਹ ਚੀਜ਼ ਉਹਨੂੰ ਨਹੀਂ ਵਧੀਆ ਲੱਗਦੀ ਤੇ ਉਹ ਕੀ ਹੈ ਉਹਦੇ ਉੱਤੇ ਸਾਈਡ ਦੇ ਉੱਤੇ ਛਾੜ ਦਿੰਦਾ ਤੇ ਉੱਥੋਂ ਉਹ ਜਿਹੜਾ ਦੂਸਰਾ ਪਰਸਨ ਜਿਹੜਾ ਉਹ ਚੀਜ਼ ਨੂੰ ਖਰੀਦਣਾ ਚਾਹੁੰਦਾ ਤਾਂ ਉਹਨੂੰ ਖਰੀਦ ਸਕਦਾ ਵਾ ਤਾਂ ਇਹਨੂੰ ਕਿਹਾ ਜਾਂਦਾ ਕੰਜ਼ਿਊਮਰ ਟੂ ਕੰਜ਼ਿਊਮਰ ਯਾਨੀ ਕਿ ਸੀ ਟੂ ਸੀ ਨੈਕਸਟ ਆਏਗਾ ਵਾ ਇੰਟਰੋਬੀਨਸ ਯਾਨੀ ਕਿ ਇੰਟੀ ਆਰਗੇਨਾਈਜ਼ਲ ਆਰਗੇਨਾਈਜ਼یشنل ਇਹਦੇ ਵਿੱਚ ਹੁੰਦਾ ਵਾ ਵੀ ਅਸੀਂ ਜਿਹੜਾ ਬਿਨਸ ਇੰਟਰਾ ਬਿਨਸ ਦਾ ਮਤਲਬ ਵੀ ਇੱਕ ਬਿਜ਼ਨਸਮੈਨ ਦੂਸਰੇ ਬਿਜ਼ਨਸਮੈਨ ਦੇ ਨਾਲ ਟਾਈਪ ਅਪ ਕਰ ਲੈਂਦਾ ਜਿਵੇਂ ਕਿ ਕੀ ਹੁੰਦਾ ਵੀ ਕੁਝ-ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੰਨ ਲਓ ਵੀ ਫਲਿੱਪਕਾਰਡ ਦੇ ਉੱਤੇ ਨਹੀਂ ਅਵੇਲੇਬਲ ਹੈਗੀਆਂ ਤਾਂ ਉਹ Amazon ਦੇ ਨਾਲ ਕੀ ਕਰਦੀ ਹੈ ਟਾਈਪ ਅਪ ਕਰ ਦਿੰਦੀ ਹੈ ਵੀ ਜਦੋਂ ਤੁਹਾਨੂੰ ਅਸੀਂ ਵੀ ਕੀ ਕਰਦੇ ਹਾਂ ਤੁਹਾਨੂੰ ਪੈਸੇ ਪੇ ਕਰ ਦਾਂਗੇ ਵੀ ਸਾਡੀ ਸਾਈਡ ਦੇ ਉੱਤੇ ਉਹ ਚੀਜ਼ ਨਹੀਂ ਹੈਗੀ ਤਾਂ ਤੁਸੀਂ ਆਪਣੀ ਸਾਈਡ ਦੇ ਉੱਤੇ ਸਾਨੂੰ ਪ੍ਰੋਵਾਈਡ ਕਰਵਾ ਦੋ ਤੇ ਅਸੀਂ ਤੁਹਾਨੂੰ ਉਹਦੇ ਪੈਸੇ ਚਾਰਜ ਦੇ ਦਾਂਗੇ ਤਾਂ ਇਹਨੂੰ ਕਹਿੰਦੇ ਆ ਇੰਟਰਾ ਬਿਨਸ ਨੈਕਸਟ ਹੈਗਾ ਵਾ ਗਵਰਨਮੈਂਟ ਟੂ ਸਿਟੀਜ਼ਨ ਜੀ ਜਿਹੜੀਆਂ ਗਵਰਨਮੈਂਟਸ ਨੇ ਉਹ ਅੱਜਕੱਲ ਜਿਹੜੀਆਂ ਸਿਟੀਜ਼ਨਸ ਨੇ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ ਜਿਵੇਂ ਫੋਰ ਐਗਜ਼ਾਮਪਲ ਜਨਧਨ ਜਿਹੜੀ ਉਹ ਉਹਨਾਂ ਸੀ ਜਨਧਨ ਯੋਜਨਾ ਦੇ ਤਹਿਤ ਵੀ ਜਿਹੜੇ ਲੋਕ ਸੀਗੇ ਗਰੀਬ ਪੀਪਲ ਸੀਗੇ ਉਹਨਾਂ ਨੂੰ ਪੈਸੇ ਪ੍ਰੋਵਾਈਡ ਕਰਵਾਏ ਗਏ ਉਹਨਾਂ ਦੇ ਖਾਤਿਆਂ ਦੇ ਵਿੱਚ ਤਾਂ ਇਹ ਸਭ ਤੋਂ ਵਧੀਆ ਐਗਜ਼ਾਮਪਲ ਸੀ ਜਿਹਦੇ ਵਿੱਚ ਗਵਰਨਮੈਂਟ ਕੀ ਆ ਸਿਟੀਜ਼ਨ ਨੂੰ ਆਨਲਾਈਨ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੀ ਆ ਮੋਬਾਈਲ ਕਮਰਸ ਇਹਦੇ ਵਿੱਚ ਅਸੀਂ ਕੀ ਆ ਹੁਣ ਇਸ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਸਮਾਰਟਫੋਨ ਆ ਉਹ ਨੰਬਰ ਆਫ ਵਰਕ ਜਾਂ ਨੰਬਰ ਆਫ ਟਾਸਕ ਕੰਪਲੀਟ ਕਰ ਸਕਦਾ ਇਹਦੇ ਵਿੱਚ ਅਸੀਂ ਆਪਣਾ ਬੈਂਕ ਅਕਾਊਂਟ ਅਟੈਚ ਕਰ ਸਕਦੇ ਆ ਕੋਈ ਵੀ ਚੀਜ਼ ਦੀ ਪੇਮੈਂਟ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਯਾਨੀ ਕਿ ਸੈੱਲਫੋਨ ਦੇ ਨਾਲ ਤਾਂ ਸੈੱਲਫੋਨ ਅ ਨੈਕਸਟ ਆਏਗਾ ਬੈਨੀਫਿਟ ਆਫ ਦੀਆ ਈ-ਬਿਨਸ ਈ-ਬਿਨਸ ਦੇ ਕੀ ਕੀ ਬੈਨੀਫਿਟਸ ਨੇ ਦੇਖੋ ਫਸਟ ਆਏਗਾ ਰੀਚ ਟੂ ਦੀਆ ਨਿਊ ਕਸਟਮਰ ਵੀ ਈ-ਬਿਨਸ ਦੇ ਵਿੱਚ ਕੀ ਆ ਵੀ ਅਸੀਂ ਕੀਆ ਹੋਰ ਵੀ ਨਵੇਂ ਬੰਦਿਆਂ ਦੇ ਨਾਲ ਜੁੜ ਸਕਦੇ ਹਾਂ ਉਹ ਜ਼ਰੂਰੀ ਨਹੀਂ ਹੈ ਵੀ ਉਹ ਕੀ ਆ ਸਾਡੇ ਕੋਲ ਸਾਡੀ ਕੰਟਰੀ ਦੇ ਵਿੱਚ ਹੁਣ ਆਊਟਸਾਈਡ ਕੰਟਰੀ ਵੀ ਹੋ ਸਕਦੇ ਆ ਤਾਂ ਇਸ ਨਾਲ ਅਸੀਂ ਕੀਆ ਆਪਣਾ ਬਿਜ਼ਨਸ ਨੂੰ ਵਰਲਡਵਾਈਡ ਲੈ ਕੇ ਜਾ ਸਕਦੇ ਆ ਯਾਨੀ ਕਿ ਨਵੇਂ ਨਵੇਂ ਕਸਟਮਰ ਨੂੰ ਆਪਣੇ ਨਾਲ ਲੈ ਕੇ ਆ ਸਕਦਾ ਹੈ ਨੈਕਸਟ ਹੈਗਾ ਐਕसेसਿਬਲਟੀ ਐੀਜ਼ੀਨੈਸ ਵੀ ਇਹਨੂੰ ਚਲਾਉਣਾ ਬਹੁਤ ਜ਼ਿਆਦਾ ਈਜ਼ੀ ਹੁੰਦਾ ਹਰ ਇੱਕ ਪਰਸਨ ਆਪਣੇ ਸੈੱਲ ਫੋਨ ਦੇ ਵਿੱਚ ਆਪਰੇਟ ਕਰ ਸਕਦਾ ਆਪਣੇ ਲੈਪਟਾਪ ਦੇ ਉੱਤੇ ਕਰ ਸਕਦਾ ਕਿਉਂਕਿ ਇਹਨੂੰ ਇੰਟਰਨੈਟ ਚਾਹੀਦਾ ਵਾ ਤੇ ਇੰਟਰਨੈਟ ਅਸੀਂ ਕਿਤੇ ਵੀ ਯੂਜ਼ ਕਰ ਸਕਦੇ ਹਾਂ ਤੇ ਕਿਤੇ ਵੀ ਕੋਈ ਚੀਜ਼ ਖਰੀਦ ਜਾਂ ਵੇਚ ਸਕਦੇ ਆ ਨੈਕਸਟ ਹੈਗਾ ਆਈ ਜ਼ੋਨ ਬਾਇਰ ਵੀ ਇਹਦੇ ਨਾਲ ਅਸੀਂ ਕੀ ਆ ਆਪਣੇ ਜਿੰਨੇ ਵੀ ਮੇਰੇ ਕਸਟਮਰ ਨੇ ਮੈਂ ਉਹਨਾਂ ਉੱਤੇ ਧਿਆਨ ਰੱਖ ਸਕਦਾ ਤਾਂ ਮੈਨੂੰ ਪਤਾ ਲੱਗੂਗਾ ਮੈਂ ਕਿੰਨੀ ਚੀਜ਼ਾਂ ਸੇਲ ਕੀਤੀਆਂ ਤੇ ਕਿੰਨੀਆਂ ਪਰਚੇਸ ਕੀਤੀਆਂ ਉਹ ਸਾਰੀਆਂ ਚੀਜ਼ਾਂ ਉਤੇ ਰਿਕਾਰਡ ਹੋ ਜਾਂਦੀਆਂ ਨੇ ਤਾਂ ਅਸੀਂ ਇਹਦੇ ਨਾਲ ਕੀ ਆਪਣੇ ਕਸਟਮਰ ਤੇ ਆਪਣੇ ਵਾਇਰਸ ਦਾ ਵੀ ਸਾਰੀਆਂ ਚੀਜ਼ਾਂ ਦੇਖ ਸਕਦੇ ਆ ਵੀ ਉਹਦਾ ਕਿਸ ਚੀਜ਼ ਦੇ ਵਿੱਚ ਜ਼ਿਆਦਾ ਝੁਕਾਵਾ ਤੇ ਅਸੀਂ ਉਸ ਚੀਜ਼ ਨੂੰ ਵੀ ਖਰੀਦ ਜਾਂ ਵੇਚ ਸਕਦੇ ਆ ਨੈਕਸਟ ਹੈਗਾ ਸੇਲਰ ਓਵਰ ਗਲੋਬਲ ਵੀ ਅਸੀਂ ਕੀ ਆ ਇਹਨੂੰ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਸੇਲ ਕਰ ਸਕਦੇ ਆ ਵਿਦ ਦੀ ਹੈਲਪ ਆਫ ਈ-ਬਿਜ਼ਨਸ ਕਿਉਂਕਿ ਈ-ਬਿਜ਼ ਉਕੀਨੇ ਇੰਟਰਨੈਸ਼ਨਲ ਲੈਵਲ ਦੀਆਂ ਸਾਈਟਸ ਨੇ ਉਹ ਹਰ ਇੱਕ ਇਹਦੇ ਚੱਲਦੀਆਂ ਨੇ ਤੇ ਹਰ ਇੱਕ ਤੇ ਇਹ ਸਰਵਿਸ ਪ੍ਰੋਵਾਈਡ ਕਰਦੀਆਂ ਨੇ ਤੇ ਉਸ ਚੀਜ਼ ਤੋਂ ਪੈਸੇ ਉਹ ਚਾਰਜ ਕਰਦੇ ਨੇ ਨੈਕਸਟ ਹੈਗਾ ਰੀਅਲ ਟਾਈਮ ਫੀਡਬੈਕ ਇਹਦੇ ਨਾਲ ਸਾਨੂੰ ਕੀ ਆ ਉਸੇ ਟਾਈਮ ਸਾਨੂੰ ਉਸ ਚੀਜ਼ ਦੀ ਫੀਡਬੈਕ ਮਿਲਦੀ ਆ ਵੀ ਸਾਨੂੰ ਉਹਨਾਂ ਦੀ ਸਰਵਿਸ ਵਧੀਆ ਲੱਗੀ ਕਿ ਨਹੀਂ ਵਧੀਆ ਲੱਗੀ ਜੇਕਰ ਸਰਵਿਸ ਨਹੀਂ ਵਧੀਆ ਲੱਗਦੀ ਤਾਂ ਅਸੀਂ ਉਹਦੇ ਵਿੱਚ ਕੰਪਲੀਮੈਂਟ ਛੱਡਦੇ ਆ ਵੀ ਕਿਸ ਚੀਜ਼ ਦੇ ਰਿਲੇਟਡ ਮੈਨੂੰ ਪ੍ਰੋਬਲਮ ਆਈ ਤਾਂ ਉਸ ਚੀਜ਼ ਨੂੰ ਉਹ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਸ ਤਰੀਕੇ ਨਾਲ ਜਿਹੜਾ business ਆ ਉਹਨੂੰ ਹੋਰ ਵੀ ਪਰਫੈਕਸ਼ਨ ਵੱਲ ਲੈ ਕੇ ਆਇਆ ਜਾ ਸਕਦਾ ਨੈਕਸਟ ਹੈ ਮਲਟੀਪਲ ਹੈ 7 ਜਾਨਕੀ 24 ਆਰਸ 24 ਘੰਟੇ ਜਾਨਕੀ 365 ਦਿਨ ਦੀ ਹੈ ਸਰਵਿਸ ਪ੍ਰੋਵਾਈਡ ਕਰਦੇ ਆ ਵੀ ਤੁਸੀਂ ਜਦੋਂ ਮਰਜੀ ਕਿਸੇ ਵੀ ਟਾਈਮ ਤੁਸੀਂ ਕੋਈ ਵੀ ਚੀਜ਼ ਖਰੀਦ ਸਕਦੇ ਹੋ ਆਨਲਾਈਨ ਦੇ ਨਾਲ ਤੇ ਸਭ ਤੋਂ ਵਧੀਆ ਦਾ ਪਲੱਸ ਪੁਆਇੰਟ ਹੈ ਨੈਕਸਟ ਆਏਗਾ ਵਾ ਕੋਸਟ ਐਫੀਸ਼ੀਐਂਟ ਇਹ ਕੀ ਆ ਸਭ ਤੋਂ ਜ਼ਿਆਦਾ ਘੱਟ ਖਰਚਾ ਪ੍ਰੋਵਾਈਡ ਕਰਨ ਵਾਲੀ ਚੀਜ਼ ਆ ਤੇ ਈਜ਼ੀ ਆ ਤੇ ਜਿਹਨੂੰ ਤੁਸੀਂ ਕੀ ਕਰ ਸਕਦੇ ਹੋ ਆਪਰੇਟ ਕਰ ਸਕਦੇ ਹੋ ਤੇ ਆਪਣਾ ਬਿਜ਼ਨਸ ਨੂੰ ਰਨ ਕਰ ਸਕਦੇ ਹੋ ਤਾਂ ਇਹ ਸਭ ਤੋਂ ਜ਼ਿਆਦਾ ਘੱਟ ਕੋਸਟ ਦੇ ਉੱਤੇ ਕੋਈ ਵੀ ਬੰਦਾ ਕਦੇ ਵੀ ਬਿਨਾਂ ਸਟਾਰਟ ਕਰ ਸਕਦਾ ਹੋ ਨੈਕਸਟ ਆ ਗਈ ਇਹਦੀ ਲਿਮਿਟੇਸ਼ਨ ਲਿਮਿਟੇਸ਼ਨ ਆਫ ਈ-ਬੀਨਸ ਕੁਝ ਕੁ ਈ-ਬੀਨਸ ਦੀਆਂ ਕੁਝ ਕੁ ਸਾਨੂੰ ਨੁਕਸਾਨ ਵੀ ਨੇ ਜਾਂ ਕੁਝ ਕਹਿ ਦੋ ਵੀ ਉਹਦੀਆਂ ਕਮੀਆਂ ਵੀ ਨੇ ਫਸਟ ਹੈਗਾ ਲੈਕ ਆਫ ਪਰਸਨਲ ਟੱਚ ਹੁਣ ਇਹਦੇ ਵਿੱਚ ਕੀ ਹੁੰਦਾ ਵੀ ਜਿਵੇਂ ਅਸੀਂ ਸ਼ਾਪਕੀਪਰ ਅਸੀਂ ਇੱਕ ਦੁਕਾਨ ਦੇ ਉੱਤੇ ਜਾ ਕੇ ਆਪਣੀਆਂ ਚੀਜ਼ਾਂ ਖਰੀਦਦੇ ਆ ਤਾਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤੇ ਇੱਕ ਦੂਸਰੇ ਪਰਸਨ ਦੇ ਨਾਲ ਜਿਹੜਾ ਸਾਡਾ ਪਰਸਨਲ ਕੰਟ੍ਰੈਕਟ ਆ ਉਹ ਘਟ ਜਾਂਦਾ ਤਾਂ ਹੁਣ ਅਸੀਂ ਸਿਰਫ ਫੋਨ ਦੇ ਉੱਤੇ ਕਰ ਸਕਦੇ ਆ ਤਾਂ ਇਸ ਦਾ ਮਤਲਬ ਕੀ ਆ ਵੀ ਇਹਦੇ ਵਿੱਚ ਸਾਡੇ ਨਾਲ ਫਰਾਡ ਵੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਕਿਉਂਕਿ ਅਸੀਂ ਉਹ ਪਰਸਨਲ ਚੀਜ਼ ਨੈਕਸਟ ਹੈਗਾ ਵਾ ਲੈਕ ਆਫ ਸਕਿਉਰਿਟੀ ਇਹਦੇ ਵਿੱਚ ਸਕਿਉਰਿਟੀ ਦੀ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਇੰਟਰਨੈਟ ਦੇ ਵਿੱਚ ਜਿਹੜਾ ਡਾਟਾ ਹੁੰਦਾ ਉਹ ਜਲਦੀ ਹੈਕ ਕੀਤਾ ਜਾ ਸਕਦਾ ਵਾ ਤੇ ਤੁਹਾਡੀ ਇਨਫੋਰਮੇਸ਼ਨ ਕਦੇ ਵੀ ਤੁਹਾਡੇ ਤੋਂ ਖੋਈ ਜਾ ਸਕਦੀ ਹੈ ਚਾਹੇ ਉਹ ਤੁਹਾਡੇ ਆਪਣੇ ਸੈੱਲ ਫੋਨ ਦੀ ਹੋਵੇ ਚਾਹੇ ਉਹ ਤੁਹਾਡੇ ਬੈਂਕ ਸਟੇਟਮੈਂਟ ਹੋਵੇ ਕੁਝ ਵੀ ਉਹ ਤੁਹਾਡੇ ਤੋਂ ਉੱਥੇ ਕਢਾਇਆ ਜਾ ਸਕਦਾ ਤਾਂ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਸਕਿਉਰਿਟੀ ਦੀ ਅਸੀਂ ਸਾਨੂੰ ਇਹ ਜਿਆਦਾ ਸਿਕਿਉਰ ਨਹੀਂ ਲੱਗਦਾ ਨੈਕਸਟ ਹੈਗਾ ਟੈਕਨੀਕਲ ਡਰਾਅਬੈਕ ਕਈ ਕਿਹੜੀ ਵਾਰ ਕੀ ਹੁੰਦਾ ਵੀ ਸਾਡਾ ਇੰਟਰਨੈਟ ਵਧੀਆ ਵਰਕ ਨਹੀਂ ਕਰਦਾ ਤਾਂ ਕਰਕੇ ਅਸੀਂ ਕੋਈ ਵੀ ਚ ਡਰਾਬੈਕਸ ਕਿਉਂਕਿ ਜਿਵੇਂ ਜਿਵੇਂ ਨਿਊ ਨਿਊ ਟੈਕਨੋਲੋਜੀਸ ਆਉਂਦੀਆਂ ਨੇ ਜੇਕਰ ਅਸੀਂ ਉਸ ਤੀਜਾ ਨਾਲ ਅਪਡੇਟ ਹੋ ਜਾਂਦੇ ਆ ਤਾਂ ਅਸੀਂ ਉਸ ਚੀਜ਼ ਨੂੰ ਖਰੀਦ ਜਾਂ ਬੇਚ ਸਕਦੇ ਆ ਬਟ ਜੇਕਰ ਅਸੀਂ ਉਸ ਦੇ ਨਾਲ ਅਪਡੇਟ ਨਹੀਂ ਹੋਏ ਤਾਂ ਉਹ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਤੇ ਅਸੀਂ ਉਹ ਆਪਣੇ ਬਿਨਸਸ ਨੂੰ ਪ੍ਰੋਪਰ ਨਹੀਂ ਯੂਟਿਲਾਈਜ਼ ਕਰ ਸਕਦੇ ਨੈਕਸਟ ਹੈਗਾ ਵਾ ਐਥਿਕ ਕੰਸਰਨਸ ਇਹਦੇ ਨਾਲ ਕੀ ਆ ਜਿਹੜੇ ਸਾਡੇ ਨੈਤਿਕਤਾ ਵਾ ਉਹਨੂੰ ਵੀ ਝੋਟ ਪਹੁੰਚੀ ਆ ਕਿਉਂਕਿ ਇਹ ਕੀ ਆ ਕੁਝ ਅਜਿਹੇ ਪ੍ਰੋਡਕਟ ਵੀ ਸੇਲ ਆਊਟ ਕਰ ਦਿੰਦੇ ਆ ਜਿਹੜੇ ਕੀ ਆ ਸਮਾਜਿਕ ਦੇ ਵਿੱਚ ਜਾਂ ਸਹੀ ਢੰਗ ਦੇ ਨਾਲ ਜਿਹੜੀ ਸੋਸਾਇਟੀ ਦੇ ਵਿੱਚ ਇੱਕ ਵਧੀਆ ਮੈਸੀ ਨਹੀਂ ਭੇਜਦੇ ਤਾਂ ਇਸ ਕਰਕੇ ਕੀ ਆ ਇਹ ਵੱਡੀ ਪ੍ਰੋਬਲਮ ਕ੍ਰੀਏਟ ਕਰਦੇ ਆ ਕਿਉਂਕਿ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਵਰਲਡ ਵਾਈਡ ਆ ਤੇ ਕੋਈ ਵੀ ਇਹਨੂੰ ਖਰੀਦ ਜਾਂ ਕੋਈ ਵੀ ਉੱਥੇ ਪਾ ਸਕਦਾ ਵਾ ਨੈਕਸਟ ਹੈਗਾ ਵਾ ਰਿਕੁਆਇਰਮੈਂਟ ਆਫ ਥੀਰ ਟੈਕਨੀਕਲ ਨੋਲੇਜ ਇਸ ਚੀਜ਼ ਦੇ ਵਿੱਚ ਸਾਨੂੰ ਸੇਲ ਪਰਚੇਸ ਕਰਨ ਦੇ ਲਈ ਸਾਨੂੰ ਉਸ ਚੀਜ਼ ਦੇ ਬਾਰੇ ਨੋਲੇਜ ਹੋਣੀ ਚਾਹੀਦੀ ਹੈ ਵੀ ਉਹ ਚੀਜ਼ ਕਿੰਨੇ ਦੀ ਮਿਲਦੀ ਆ ਤੇ ਅਸੀਂ ਪੇ ਇਹ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤਾਂ ਇਸ ਕਰਕੇ ਸਾਨੂੰ ਟੈਕਨੀਕਲ ਸਪੋਰਟ ਦੀ ਇਹਦੇ ਵਿੱਚ ਲੋੜ ਪੈਂਦੀ ਆ ਨੈਕਸਟ ਹੈਗਾ ਵਾ ਹਾਈ ਰਿਸਕ ਇਹਦੇ ਵਿੱਚ ਰਿਸਕ ਦੋਹਾਂ ਪਾਰਟੀਆਂ ਦਾ ਬਹੁਤ ਜ਼ਿਆਦਾ ਇਨਵੋਲਵਡ ਹੁੰਦਾ ਵਾ ਵੀ ਜੇਕਰ ਪਰਚੇਜ਼ਰ ਦਾ ਵੀ ਕਈ ਕਿਈ ਵਾਰ ਡਾਟਾ ਹੈਕ ਹੋ ਜਾਂਦਾ ਜਾਂ ਕਈ ਕਿਈ ਵਾਰ ਪ੍ਰੋਡਿਊਸਰ ਜਾਂ ਸੇਲਰ ਦਾ ਵੀ ਡਾਟਾ ਹੈਕ ਹੋ ਜਾਂਦਾ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਰਿਸਕ ਆ ਇਸ ਚੀਜ਼ ਨੂੰ ਕਰਨ ਦਾ ਤਾਂ ਕਰਕੇ ਜਿਹੜੇ ਬਿਜ਼ਨਸ ਨੇ ਬਹੁਤ ਜ਼ਿਆਦਾ ਘਟ ਦੇਖਦੇ ਆ ਨੈਕਸਟ ਹੈਗਾ ਵਾ ਸ਼ਿਪਮੈਂਟ ਡਿਲੇ ਕਈ ਕਿਈ ਵਾਰ ਕੀ ਹੁੰਦਾ ਵੀ ਜਿਹੜੀਆਂ ਉਹ ਕੰਪਨੀਆਂ ਜਿਹੜੀਆਂ ਸਾਨੂੰ ਉਹ ਚਾਹੀਦੀ ਹੁੰਦੀ ਆ ਉਹਦੇ ਵਿੱਚ টারਮੈਂਟ ਕੰਡੀਸ਼ਨ ਲਿਖਿਆ ਹੁੰਦਾ ਵੀ ਦੋ ਦੇਸ਼ ਦੇ ਵਿੱਚ ਤੁਹਾਡੀ ਸਰਵਿਸ ਜਾਂ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਤੁਹਾਨੂੰ ਮਿਲ ਜੇਗਾ ਪਰ ਉਹਦੇ ਵਿੱਚ ਕਈ-ਕਈ ਵਾਰ ਕਾਫੀ ਟਾਈਮ ਲੱਗ ਜਾਂਦਾ ਵਾ ਤੇ ਇਹਦੇ ਵਿੱਚ ਸ਼ਿਪਮੈਂਟ ਡਿਲੇ ਵੀ ਹੋ ਜਾਂਦਾ ਵਾ ਤਾਂ ਕਰਕੇ ਸਾਡੀ ਜਿਹੜੀ ਉਸ ਚੀਜ਼ ਦੀ ਯੂਟਿਲਿਟੀ ਆ ਉਹ ਵੀ ਖਤਮ ਹੋ ਜਾਂਦੀ ਆ ਨੈਕਸਟ ਆਏਗਾ ਪੀਪਲਸ ਰਿਸਿਸਟੈਂਸ ਵੀ ਜਿਹੜੇ ਪੀਪਲਸ ਨੇ ਉਹ ਇਹਦੇ ਵਿੱਚ ਕੀ ਆ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਤੇ ਉਹਨਾਂ ਦੀ ਇੱਕ ਦੂਸਰੇ ਨਾਲ ਇਨਵੋਲਵਮੈਂਟ ਨਹੀਂ ਹੁੰਦੀ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਕੀ ਨੇ ਫੇਕ ਆਊਟ ਨੇ ਲਾਸਟ ਵਨ ਹੈਗਾ ਐਥਿਕ ਫਾਲ ਆਊਟ ਤੇ ਇਹਦੇ ਵਿੱਚ ਕੀ ਹੁੰਦਾ ਵੀ ਜਿਹੜੀਆਂ ਸਾਜੀ ਸਮਾਜਿਕਤਾ ਦੇ ਜਾਂ ਜਿਹੜੀਆਂ ਹੋਰ ਵੀ ਕਸੌਟੀਆਂ ਨੇ ਉਹ ਕੀ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਤਾਂ ਕਰਕੇ ਜਿਹੜਾ ਬਿਨਸਸ ਆ ਉਹ ਜ਼ਿਆਦਾ ਸਕਸੈਸਫੁਲ ਨਹੀਂ ਹੋ ਪਾਉਂਦਾ ਤੇ ਸਾਡੀ ਨਿਗ੍ਹਾਵਾਂ ਦੇ ਵਿੱਚ ਜਿਹੜਾ ਇਹ ਬਿਨਸਸ ਆ ਉਹ ਸਾਨੂੰ ਕਦੇ ਵੀ ਠੀਕ ਨਹੀਂ ਲੱਗਦਾ ਤਾਂ ਕਰਕੇ ਜਿਹੜਾ ਬਿਨਸਸ ਆ ਇਹ ਹਮੇਸ਼ਾ ਡਰਾਅ ਬ ਏ ਸੀਗਾ ਅੱਜ ਦਾ ਸੈਸ਼ਨ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਸੈਸ਼ਨ ਪਸੰਦ ਆਇਆ ਤਾਂ ਇਹਨੂੰ ਜਰੂਰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਸਟ ਟੂ ਇਟ ਫॉर ਆਰ ਬ੍ਰਾਈਟ ਫਿਊਚਰ ਐਂਡ ਮਸਟ ਬੀ ਆਈ ਵਿਲ ਸ਼ੇਅਰ ਇਟ ਵੀ ਵੈਨ ਯੂ ਹੈਵ ਬੀਨ ਸ਼ੇਅਰਿੰਗ ਥਿਸ ਮਾਈ ਸੈਸ਼ਨ ਸੋ ਆਈ ਵਿਲ ਥੈਂਕਸ ਟੂ ਯੂ ਤੋ ਸੋ ਮੋਸਟ ਆਫ ði ਸਟੂਡੈਂਟ ਵਿਲ ਬੀ ਅ ਜੁਆਇਨਿੰਗ ਮਾਈ ਸੈਸ਼ਨ ਐਂਡ ਟ੍ਰਾਈ ਟੂ ਬੀ ਅ ਆਈ ਵਿਲ ਆਲਸੋ ਟ੍ਰਾਈ ਟੂ ਬੀ ਅ ਗਿਵ ਥੇਅਰ ਮੋਰ ਨੋਲੇਜਸ ਵਿਦ ði ਹੈਲਪ ਆਫ ਮਾਈ ਵੀਡੀਓਜ਼ ਥੈਂਕਸ ਅ ਲੋਟ ਵਾਚਿੰਗ